ਮੈਂ ਕਰਮ ਸਿੰਘ ਬਰਾੜ, ਪਿੰਡ ਲੌਂਗੋਵਾਲ। ਅੱਜ ਤੋਂ ਤਕਰੀਬਨ 55 ਸਾਲ ਪਹਿਲਾਂ ਭਾਈ ਕਿਸ਼ੋਰ ਵਿਆਹਿਆ ਸੀਗਾ। ਮੇਰਾ ਇੱਕੋ ਇੱਕ ਸਾਲਾ ਕਮਦੂਰ ਸਿੰਘ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ ਫੋਰਸ ਕੋ ਬਧਾਈ ਦੇਤਾ ਹੂੰ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਮੇਂ ਡਾਲਕਰ ਪਤਾ ਨਹੀਂ ਕਿਤਨੇ ਘਰੋਂ ਕੇ ਚੂਲੋਂ ਕੀ ਆਗ ਜੋ ਬੁਝਨੇ ਵਾਲੀ ਥੀ ਉਸਕੋ ਬਚਾ ਲਿਆ। ਮੈਂ 3.25 ਕਰੋੜ ਲੋਗੋਂ ਕੀ ਸੁਰੱਖਿਆ ਕੀ ਗਾਰੰਟੀ ਲੇਤਾ ਹੂੰ, ਮੇਰਾ ਕੰਮ ਹੈ। ਕਿਉਂਕਿ ਮੁਝੇ ਇਤਨਾ ਪਿਆਰ ਦਿਆ ਆਪਣੇ, ਇਤਨਾ ਪਿਆਰ ਦਿਆ, ਅਬ ਜ਼ਿੰਮੇਦਾਰੀ ਮੇਰੀ ਹੈ। ਆਪਨੇ ਆਪਣਾ ਫਰਜ਼ ਨਿਭਾ ਦਿਆ, ਅਬ ਫਰਜ਼ ਨਿਭਾਉਣ ਕੀ ਵਾਰੀ ਮੇਰੀ ਹੈ। ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ। ਪੰਜਾਬ ਚੋਂ ਹੋ ਰਿਹਾ ਅਪਰਾਧ ਦਾ ਸਫਾਇਆ। ਹੈਗਾ ਭਾਈ ਕਿਸ਼ੋਰ ਤੋਂ ਤੇ 14/11/95 ਨੂੰ ਉਹਨੂੰ ਰੇਲਵੇ ਪੁਲਿਸ ਦੇ ਹਰਭਜਨ ਸਿੰਘ SHO ਦੀ ਟੁਕੜੀ ਨੇ ਘਰੋਂ ਚੱਕ ਲਿਆ ਸੀ। ਇੱਕ ਨੇੜੇ ਕਤਲ ਹੋਇਆ ਸੀ ਗੁਰਦੇਵ ਸਿੰਘ ਦਾ, ਉਹਦੀ ਡੈੱਡ ਬੋਡੀ ਮਿਲ ਗਈ ਸੀ ਰੇਲਵੇ ਟਰੈਕ ਕੋਲੋਂ, ਅਤੇ ਉਹਨਾਂ ਉਸਦੇ ਸ਼ੱਕ ਦੇ ਚੱਕਿਆ ਅਤੇ ਅਸੀਂ ਉਸਨੂੰ ਰੇਲਵੇ ਪੁਲਿਸ ਸੰਗਰੂਰ ਨੇ ਉਸਨੂੰ ਛਡਾਉਣ ਵਾਸਤੇ ਅਸੀਂ 10 ਦਿਨ ਉਹ ਕਰਦੇ ਰਹੇ, ਕੋਸ਼ਿਸ਼ ਕਰਦੇ ਰਹੇ। ਪਰ ਜਦੋਂ ਅਸੀਂ ਵੱਧ ਤੋਂ ਵੱਧ ਕਿਸੇ ਲੀਡਰਾਂ ਤੋਂ ਹੋਰ ਤੋਂ ਅਪਰੋਚ ਕਰਾਉਂਦੇ ਅਤੇ ਹੋਰ 'ਤੇ ਤਾਂ ਉਸ ਸਮਾਂ ਉੱਥੋਂ ਵੀ ਜ਼ਿਆਦਾ ਨਜਾਇਜ਼ ਉਸ 'ਤੇ ਤਸ਼ੱਦਦ ਕਰਦੇ ਤੇ, ਅਤੇ ਆਖਰ ਨੂੰ ਉਹਨਾਂ ਨੇ 23/11/95 ਨੂੰ ਰਾਤ ਨੂੰ 11 ਵਜੇ ਜਮ੍ਹਾਂ ਬੇਸੁਰਤ ਹਾਲਤ ਦੇ ਵਿੱਚ, ਉਹਨੂੰ ਕੋਈ ਵੀ ਸੁਰਤ ਨਹੀਂ ਸੀ, ਇੱਕ ਡੈੱਡ ਬੋਡੀ ਵਾਂਗੂ ਸਾਨੂੰ ਇੱਕ ਸਾਹ ਚੱਲ ਦਿੱਤੇ। ਉਹਨਾਂ ਨੇ ਸਾਨੂੰ ਚਕਾਤਾ, ਫਿਰ ਅਸੀਂ ਜਾ ਕੇ ਉਸੇ ਰਾਤ PGI ਜਾ ਕੇ ਚੰਡੀਗੜ੍ਹ ਦਾਖਲ ਕਰਵਾਤਾ। ਅਤੇ 24/11/95 ਨੂੰ ਤੜਕੇ 4:30 ਇਹ ਉੱਥੇ ਉਹ ਜ਼ਿੰਦਗੀ ਮੌਤ ਨਾਲ ਆਪਦਾ ਜੂਝਦਾ ਰਿਹਾ। ਉਹਦੇ ਸਰੀਰ 'ਤੇ 18 ਸੱਟਾਂ ਦੇ ਨਿਸ਼ਾਨ ਅਤੇ 4 ਪੱਸਣੀਆਂ ਖੱਬੇ ਹੱਥ ਦੀਆਂ ਦਿਲ ਵਾਲੀਆਂ ਟੁੱਟੀਆਂ ਹੋਈਆਂ, ਤੋੜੀਆਂ ਹੋਈਆਂ ਤੀਆਂ। ਅਤੇ ਸਾਨੂੰ ਉੱਥੇ ਪੁਲਿਸ ਵਾਲੇ ਜਾ ਕੇ ਮੰਗ ਲਓ, ਉੱਥੇ ਵੀ ਦਬਕੇ ਮਾਰਦੇ ਰਹੇ ਜੀ। ਆਖਿਰ ਨੂੰ 7/12/95 ਨੂੰ ਉਹਦੀ ਤੜਕੇ 4:30 ਮੌਤ ਹੋ ਗਈ। ਅਤੇ ਇਦੂ ਬਾਅਦ ਉਹਨਾਂ ਨੇ ਮਤਲਬ 8/12/95 ਗੁਰਦੂਰ ਸਿੰਘ ਦਾ ਉਹ 10/12/95 ਨੂੰ ਕਰਵਾਇਆ ਪੁਲਿਸ ਨੇ। ਸਾਨੂੰ ਉਹਨਾਂ ਨੂੰ ਇਹ ਦਿਮਾਗ 'ਚ ਦੀ ਵੀ ਅਸੀਂ ਇਸ ਤਰ੍ਹਾਂ ਡੈੱਡ ਬੋਡੀ 'ਚ ਕਵਾ ਦਿਆਂਗੇ, ਇਹ ਅੱਕ ਕੇ ਲੈ ਜਾਣਗੇ ਵੀ ਇਹਦਾ ਕੋਈ ਸਾਡਾ ਕੇਸ ਖੁਰਦ ਬੁਰਦ ਹੋ ਜੂਗਾ। ਅਤੇ 7/12/95 ਮੌਤ ਹੋਈ। ਇਹਨਾਂ ਨੇ 8/12/95 ਨੇ ਸਾਡੀ ਮੇਰੀ FIR ਲਿਖੀ, ਇਹਦਾ ਬਤਾਈ ਬਦਈ ਮੈਂ ਤੀ। ਅਤੇ 8/12/95 ਲਿਖ ਕੇ ਫਿਰ ਇਹਨਾਂ ਨੇ 12/3/96 ਨੂੰ ਜਾ ਕੇ ਉਹਦਾ ਪਰਚਾ ਦਰਜ ਅਸੀਂ ਫਿਰ ਤੁਰ ਕੇ ਵਸਾ ਕਰਵਾਇਆ। ਅਤੇ ਉਹਨਾਂ ਨੇ ਮਤਲਬ 12/3/96 ਉਹ ਕੀਤੀ ਅਤੇ 4 ਮਹੀਨੇ ਲੇਟ ਆਖਰ ਨੂੰ ਮਤਲਬ ਇਹਨਾਂ ਨੇ ਸਾਡਾ ਕੇਸ ਇੱਥੇ ਚੱਲਿਆ, ਸੰਗਰੂਰ ਵੀ ਚੱਲਿਆ। ਅਤੇ ਉਸ ਤੋਂ ਬਾਅਦ ਸਾਨੂੰ ਸਾਫ ਪੂਰਾ ਨਾ ਮਿਲਿਆ, ਸਾਨੂੰ ਕੇਸ ਦਾ ਸ਼ੱਕ ਸੀ ਵੀ ਇਹਨਾਂ ਪੂਰੀ ਸਜ਼ਾ ਮਿਲੀ ਨਹੀਂ, ਜਿੱਦਾਂ ਕੇਸ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਉਸਨੂੰ ਕਟਾਈ ਕੀਤੀ ਸੀ। ਅਤੇ ਅਸੀਂ ਫਿਰ ਹਾਈਕੋਰਟ 'ਚ ਮੈਂ ਕੇਸ ਪਾਤਾ, ਉਹਦੀ ਸੁਣਵਾਈ ਹੋਣ ਦੇ ਦੌਰਾਨ ਹੁਣ ਆ ਕੇ 29 ਸਾਲਾਂ ਪਿੱਛੋਂ ਮੈਂ ਇਨਸਾਫ ਮਿਲਿਆ
ਹੁਣ ਇੱਕ ਡੀ ਐੱਸ ਪੀ ਗੁਰਸੇਵਕ ਸੀ ਪਟਿਆਲੇ ਦੀਪਨਗਰ ਦਾ ਰਹਿਣ ਵਾਲਾ ਹੈ, ਇੱਕ ਹਰਭਜਨ ਸਿੰਘ ਥਾਣੇਦਾਰ ਉਹਦਾ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ, ਇੱਕ ਕਿਰਪਾਲ ਸਿੰਘ ਹੌਲਦਾਰ ਅਤੇ ਉਹ ਜੈਤੋਸਰ ਦਾ ਸਰਜਾ ਦਾ ਰਹਿਣ ਵਾਲਾ ਹੈ, ਅਤੇ ਇਹਨਾਂ ਤਿੰਨਾਂ ਨੂੰ ਮਾਣਯੋਗ ਜੱਜ ਸ਼੍ਰੀ ਸੁਰੇਸ਼ਵਰ ਠਾਕਰ ਅਤੇ ਸੁਦੀਪਤੀ ਸ਼ਰਮਾ ਜੀ ਨੇ ਸਾਰੇ ਕੇਸ ਨੂੰ ਪੂਰੇ ਧਿਆਨ ਨਾਲ ਕਰਦੇ ਹੋਏ ਇਹਨਾਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਤੀ। ਅਤੇ ਇੱਕ ਜਿਹੜਾ ਜਸਵੰਤ ਸਿੰਘ ਪਿੰਡ ਬੀਰੇਵਾਲਾ ਉਹ ਵੀ ਹੌਲਦਾਰ ਸੀ, ਉਹ ਇਸਦੇ ਚੱਲਦੇ ਕੇਸ ਦੇ ਦੌਰਾਨ ਜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਖਿਲਾਫ਼ ਜਾਊ ਕੇਸ ਇਹ, ਉਹ ਕੈਨੇਡਾ ਨੂੰ ਭੱਜ ਗਿਆ। ਅਤੇ ਹੁਣ ਮਾਣਯੋਗ ਅਦਾਲਤ ਨੇ ਉਹਨਾਂ ਨੂੰ ਮਤਲਬ ਕੀਤਾ ਐੱਸ ਐੱਸ ਪੀ ਸਾਹਿਬ ਨੂੰ ਅਤੇ ਏ ਆਈ ਜੀ ਰੇਲਵੇ ਪੁਲਿਸ ਨੂੰ ਉਹਨਾਂ ਨੂੰ ਹੁਕਮ ਕੀਤੇ ਨੇ ਵੀ 20 ਨਵੰਬਰ ਨੂੰ ਉਹਨਾਂ ਨੂੰ ਸਾਡੇ ਵੀ ਕੋਰਟ 'ਚ ਪੇਸ਼ ਕੀਤਾ ਜਾਵੇ। ਇਹ ਮੇਰਾ ਸਾਰਾ ਕੇਸ ਹੈ, ਇਹ ਕਿਰਨ ਸਰਦਾਰ ਕਿਰਨਜੀਤ ਸਿੰਘ ਸਿੱਖੋਂ ਕਾਮਰੇਡ ਨੇ ਸੰਗਰੂਰ ਵਾਲੇ, ਉਹਨਾਂ ਨੇ ਇਹ ਸੈਸ਼ਨ ਜੱਜ ਦੇ ਵੀ ਉਹਨਾਂ ਨੇ ਕੇਸ ਝਗੜਿਆ ਸੀ ਅਤੇ ਹੁਣ ਹਾਈਕੋਰਟ 'ਚ ਵੀ ਉਹਨਾਂ ਨੇ ਜਾ ਕੇ ਕੇਸ ਝਗੜਿਆ। ਬਹੁਤ ਤਨਦੇਹੀ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਅਤੇ ਮੈਂ ਇਹ ਵੀ ਕਹੂੰਗਾ ਵੀ ਸਾਰੇ ਵਕੀਲ ਸਾਹਿਬਾਨ ਨੂੰ ਵੀ ਹਰੇਕ ਕੇਸ ਨੂੰ ਆਪਦਾ ਬਣਾ ਕੇ ਲੜਨ, ਜਿਸ ਤਰ੍ਹਾਂ ਮੇਰਾ ਕੇਸ ਇਹਨਾਂ ਨੇ ਲੜਿਆ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਹਾਈਕੋਰਟ ਦਾ ਵੀ ਅਤੇ ਸੇਖੋਂ ਸਾਹਿਬ ਦਾ ਵੀ, ਜਾਂ ਜਿਹੜੇ ਹੋਰ ਮੇਰੇ ਨਾਲ ਮੇਰੇ ਸਹਿਯੋਗੀ ਗਵਾਹ ਅਤੇ ਜਾਂ ਕਿਵੇਂ ਵੀ ਸੀ ਅਤੇ ਉਹਨਾਂ ਵੀ ਧੰਨਵਾਦ ਕਰਦਾ। ਇਹਨਾਂ ਨੇ ਮੈਨੂੰ ਚੱਲਦੇ ਕੇਸ ਦੇ ਦੌਰਾਨ ਪਹਿਲਾਂ ਲਾਲਚ ਵੀ ਬਹੁਤ ਮੋਟੀਆਂ ਰਕਮਾਂ ਦੇ ਦਿੱਤੇ, ਫਿਰ ਡਰਾਇਆ ਧਮਕਾਇਆ ਵੀ, ਅਤੇ ਜਿਹੜਾ ਗਵਾਹ ਸੀ ਬਘੇਲ ਸਿੰਘ ਸਫੀਪੁਰ ਤੋਂ ਉਹਨੂੰ ਇਹਨਾਂ ਨੇ ਡਰਾ ਧਮਕਾ ਕੇ ਇਹਨੂੰ ਮਤਲਬ ਕਿ ਗਵਾਹੀ ਤੋਂ ਮੁਕਰਾ ਵੀ ਲਿਆ ਸੀ। ਪਰ ਅਸਲੀਅਤ ਕੇਸ ਦੀ ਦੇਖ ਕੇ ਜੱਜ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਹੈ, ਮੈਂ ਹਾਈਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੀ ਆਰ ਪੀ ਨਾਲ ਰਿਲੇਟਡ ਸੀਗਾ ਇਹ ਮਸਲਾ, ਐੱਸ ਐੱਚ ਓ ਜੀ ਆਰ ਪੀ ਜਿਹੜੇ ਸੀਗੇ ਉਹਨਾਂ ਦਾ ਜਿਹੜੇ ਸੀਗੇ ਬੰਦੇ ਨੂੰ ਜਿਹਨੂੰ ਚੱਕਿਆ ਗਿਆ ਸੀਗਾ ਉਹ ਸੀਗੇ ਲੌਂਗੋਵਾਲ ਦਾ ਬੈਕਗਰਾਊਂਡ, ਉਹਨਾਂ ਦੀ ਮੈਦੇ ਵਾਸਤੋਂ ਉਹਨਾਂ ਨੂੰ ਚੱਕਿਆ ਗਿਆ ਸੀਗਾ। ਉਹ ਫਿਰ ਜੋ ਦੌਰਾਨੇ ਤਫਤੀਸ਼ ਉਹਨਾਂ ਦੇ ਖਿਲਾਫ਼ ਮੁੜ ਕੇ ਪਰਚਾ ਦਰਜ ਹੋਇਆ ਅਤੇ 38 ਸਾਲ ਬਾਅਦ ਉਸ ਫੈਸਲੇ ਦਾ ਜਿਹੜਾ ਹੁਣ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ। ਇਹ ਜੀ ਪੁਰਾਣਾ ਕੇਸ ਸੀਗਾ, ਜੀ ਆਰ ਪੀ ਨਾਲ ਰਿਲੇਟਡ ਸੀਗਾ ਕੇਸ, ਜਿਹਦੇ ਵਿੱਚ ਇੱਕ ਬੰਦੇ ਦੀ ਦੌਰਾਨੇ ਤਫਤੀਸ਼ ਮੌਤ ਹੋਈ ਸੀ। ਉਹ ਮਾਣਯੋਗ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ, ਉਹ ਫੈਸਲੇ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।